ਪੰਜਾਬ ਵਿੱਚ ਇਸ ਸਮੇਂ ਚੋਰੀ ਲੁੱਟ ਡਕੈਤੀ ਦੀਆਂ ਘਟਨਾਵਾਂ ਬਹੁਤ ਹੀ ਵੱਧ ਗਈਆਂ ਅਤੇ ਪੁਲਿਸ ਕੋਲ ਸਵਾਏ ਜਾਂਚ ਕਰਨ ਦੇ ਕੁਝ ਵੀ ਨਹੀਂ ਹੈ। ਤਾਜ਼ਾ ਮਾਮਲਾ ਹੈ ਮੋਗਾ ਦੇ ਮੇਨ ਬਾਜ਼ਾਰ ਅਤੇ ਸਰਕਾਰੀ ਹਸਪਤਾਲ ਦੇ ਸਾਹਮਣੇ ਰੋਮੀ ਟ੍ਰੇਡਿੰਗ ਕੰਪਨੀ ਦਾ, ਜਿੱਥੇ ਥੋਕ ਵਿੱਚ ਦੇਸੀ ਦਵਾਈਆਂ ਦੀ ਵਿਕਰੀ ਹੁੰਦੀ ਹੈ। ਪਰ ਪਿਛਲੀ ਰਾਤ ਚੋਰਾਂ ਨੇ ਰੋਸ਼ਨਦਾਨ ਤੋੜ ਕੇ ਆਫਿਸ ਵਿੱਚ ਰੱਖੇ 80,000 ਰੁਪਏ ਚੋਰੀ ਕਰ ਲਏ। ਚੋਰ ਦੁਕਾਨ ਦੇ ਚੁਬਾਰੇ ਤੋਂ ਜਾਲੀ ਤੋੜ ਕੇ ਅੰਦਰ ਦਾਖਲ ਹੋਇਆ ਅਤੇ ਆਫਿਸ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ, ਪਰ ਫਿਰ ਵੀ ਉਸਦੀ ਹਰਕਤ ਇੱਕ ਸੀਸੀਟੀਵੀ ਕੈਮਰੇ ਨੇ ਰਿਕਾਰਡ ਕਰ ਲਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ। ਸ਼ਾਸਨ ਵੱਲੋਂ ਵੀ ਪੁਲਿਸ ਸਾਡੀ ਕਾਰਵਾਈ ਜਲਦੀ ਤੋਂ ਜਲਦੀ ਕਰੇ। ਕਿਵੇਂ ਚੋਰ ਆਏ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ? ਅਸੀਂ ਕੈਮਰੇ 'ਚ ਦੇਖਿਆ ਜੀ। ਕੈਮਰੇ 'ਚ ਫੋਟੋ ਕਲੀਅਰ ਆ ਰਹੀ ਹੈ? ਅਸੀਂ ਆ ਕੇ ਦੁਕਾਨ ਖੋਲ੍ਹੀ ਤਾਂ ਤਾਲੇ ਤੂਲੇ ਟੁੱਟੇ ਹੋਏ ਸੀਗੇ। ਉਸ ਤੋਂ ਬਾਅਦ ਕੈਮਰਾ ਖੋਲ੍ਹ ਕੇ ਦੇਖਿਆ ਤਾਂ ਪਤਾ ਲੱਗਾ ਚੋਰੀ ਹੋਈ ਹੋਈ ਹੈ। ਤੁਹਾਨੂੰ ਦੇਖਣ ਤੋਂ ਕਿਵੇਂ ਪਤਾ ਲੱਗਿਆ ਜੀ? ਕਿਵੇਂ ਕਿੱਧਰੋਂ ਚੋਰ ਆਇਆ ਜਾਂ ਕੀ ਕੁਛ ਕੀਤਾ? ਉਹ ਅਸੀਂ ਕੈਮਰੇ 'ਚ ਦੇਖਿਆ ਜੀ। ਕੈਮਰੇ 'ਚ ਸਾਨੂੰ ਪਤਾ ਲੱਗਾ ਕਿ ਚੋਰ ਰੋਸ਼ਨਦਾਨ ਤੋੜ ਕੇ ਵੜੇ ਅਤੇ ਗੱਲਾਂ ਖੋਲ੍ਹ ਕੇ ਕੈਸ਼ ਜੋ ਸੀਗਾ ਉਹ ਲੈ ਗਏ। ਤੁਸੀਂ ਇਸ ਦੀ ਸਲਾਹ ਪੁਲਿਸ ਨੂੰ ਦਿੱਤੀ ਹੈ? ਹਾਂਜੀ, ਪੁਲਿਸ ਨੂੰ ਦੇ ਦਿੱਤੀ ਜੀ। ਉਹ ਆ ਕੇ ਮੌਕਾ ਦੇਖ ਗਏ ਆ ਅਤੇ ਕਾਰਵਾਈ ਕਰਨ ਦੀ ਕਹਿ ਕੇ ਗਏ। ਦਵਾਈਆਂ ਦੁਕਾਨ ਦੇ ਉੱਤੇ ਚੋਰੀ ਹੋਈ ਹੈ, ਕੀ ਫਰਮ ਆ? ਸੁਰਿੰਦਰ ਕੁਮਾਰ ਪੁੱਤਰ ਮਸਤ ਰਾਮ ਵਾਸੀ ਆਨੰਦ ਨਗਰ ਮੋਗਾ ਨੇ ਅੱਜ ਪੁਲਿਸ ਪਾਸ ਬਿਆਨ ਦਿੱਤਾ ਕਿ ਉਹ ਦੇਸੀ ਦਵਾਈਆਂ ਦੀ ਦੁਕਾਨ ਰੋਮੀ ਟ੍ਰੇਡਿੰਗ ਕੰਪਨੀ ਦੇ ਨਾਮ 'ਤੇ ਕਰਦਾ ਹੈ ਅਤੇ ਉਹ ਹਰ ਰੋਜ਼ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਜੋ ਸੇਲ ਦੇ ਪੈਸੇ ਆ ਉਹ ਦੁਕਾਨ ਦੇ ਉੱਪਰ ਬਣੇ ਚੁਬਾਰੇ 'ਚ ਰੱਖ ਕੇ ਚਲੇ ਜਾਂਦਾ ਸੀ। ਅੱਜ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਉਹਦਾ ਰੋਸ਼ਨਦਾਨ ਵਿੱਚ ਦੀ ਕੋਈ ਅਣਪਛਾਤਾ ਵਿਅਕਤੀ, ਜਿਹਦੀ ਸੀਸੀਟੀਵੀ ਕੈਮਰੇ 'ਚ ਫੋਟੋ ਵਗੈਰਾ ਵੀ ਆਈਆਂ ਹਨ, ਉਹਦਾ 80,000 ਰੁਪਏ ਚੋਰੀ ਕਰਕੇ ਲੈ ਗਿਆ ਵਾ। ਜਿਸ ਸੰਬੰਧੀ ਅਸੀਂ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰਤੀ ਹੈ। ਤਫਤੀਸ਼ ਦੌਰਾਨ ਜੋ ਵੀ ਸਾਇੰਟੀਫਿਕਲੀ ਵਗੈਰਾ